ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪ੍ਰੀਤ ਪੰਜਾਬ ਚੈਨਲ ਵਿੱਚ ਦੋਸਤੋ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਆਏ ਦਿਨ ਆਪਣੀ ਵੀਡੀਓਜ਼ ਵਿੱਚ ਪਖੜੀ ਸਾਧ ਅਤੇ ਵਿਮ ਪਰਮ ਬਾਰੇ ਤੁਹਾਨੂੰ ਸਹੀ ਜਾਣਕਾਰੀ ਦਿੱਤੇ ਹੀ ਰਹੇ ਹਾਂ ਪਰ ਅੱਜ ਅਸੀਂ ਜਿਸ ਪਖੜੀ ਸਾਧ ਬਾਰੇ ਜਾਣਕਾਰੀ ਦੇਣ ਲੱਗੇ ਹਾਂ ਉਹ ਇੱਕ ਸਾਧ ਨਹੀਂ ਬਲਕਿ ਇੱਕ ਸਾਧਨੀ ਹੈ ਭਾਵ ਇੱਕ ਔਰਤ ਹੈ ਇਸ ਪਖੜੀ ਸਾਧਨੀ ਦੇ ਪੰਜਾਬ ਤੋਂ ਲੈ ਕੇ ਦਿਨੇ ਹੀ ਦਿੱਲੀ ਤੋਂ ਲੈ ਕੇ ਮੁੰਬਈ ਅਤੇ ਮੁੰਬਈ ਤੋਂ ਲੈ ਕੇ ਅਮਰੀਕਾ ਤੱਕ ਲੱਖਾਂ ਦੇ ਗਿਣਦੇ ਵਿੱਚ ਭਗਤ ਹਨ ਇਹਤ ਸਾਧਨੀ ਦੇ ਰਗ ਰੂਪ ਪਤੇ ਆਲੀਸ਼ਾਨ ਜਾਹੋ ਜਲਾਲ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ ਇਹ ਸਾਧਨੀ ਫਾਈਵ ਸਟਾਰ ਹੋਟਲਾਂ ਵਿੱਚ ਆਪਣੇ ਦਵਾਰ ਲਾਉਦੀ ਹੈ ਇਸ ਪਕੜੀ ਸਾਧਨੀ ਨੇ ਮੁੰਬਈ ਦੇ ਪਹੁੰਚ ਇਲਾਕੇ ਵਿੱਚ ਅਰਪਾ ਖਰਬਰ ਪੈਦਾ ਇੱਕ ਵੱਡਾ ਅਤੇ ਆਲੀਸ਼ਾਨ ਬਗੜਾ ਹੈ ਇਸ ਸਾਧਨੀ ਦੇ ਚਰਨਾ ਵਿੱਚ ਵੱਡੇ ਵੱਡੇ ਫਿਲਮ ਸਟਾਰਾਂ ਤੋਂ ਲੈ ਕੇ ਵੱਡੇ ਵੱਡੇ ਰਾਜਨੇਤਾ ਹਾਜ਼ਰੀ ਭਰਦੇ ਹਨ ਤੇ ਇਸ ਨੂੰ ਗੋਦੀ ਵਿੱਚ ਚੱਕ ਕੇ ਨੱਚਦੇ ਹਨ ਇਸ ਔਰਤ ਇਸ ਕੰਢੀ ਸਾਥਰੀ ਦਾ ਨਾਮ ਹੈ ਰਾਧੇ ਮਾਹ ਹਾਂਜੀ ਰਾਧੇ ਮਾਹ ਕਿਵੇਂ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੀ ਬੱਬੂ ਅੱਜ ਦੁਨੀਆ ਲਈ ਰਾਧੇ ਮਾਹ ਬਣੀ ਫਿਰਦੀ ਹੈ ਸਾਰਾ ਕੁਝ ਦੱਸਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਸੋ ਕਿਰਪਾ ਕਰਕੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਹਰ ਵਕਤ ਚੱਕਾ ਚੌਦ ਵਿੱਚ ਰਹਿਣ ਵਾਲੀ ਅਤੇ ਵੱਡੇ ਵੱਡੇ ਨੇਤਾ ਫਿਲਮੀ ਹਸਤੀਆਂ ਜਿਨ੍ਹਾਂ ਵਿੱਚ ਦਬ ਜੋ ਸਿੰਘ ਸਿੱਧੂ ਵਰਗੇ ਵੀ ਸ਼ਾਮਲ ਹਨ ਇਸ ਰਾਦੇ ਮਾਦਾ ਮਾਇਆ ਨਗਰੀ ਮੁੰਬਈ ਵਿੱਚ ਫਾਈਵ ਸਟਾਰ ਹੋਟਲਾਂ ਵਿੱਚ ਬੜੇ ਮਹਿੰਗੇ ਦਰਵਾਰ ਲੱਗਦੇ ਹਨ ਵੱਡੇ ਵੱਡੇ ਅਮੀਰ ਲੋਕ ਰਾਦੇ ਮਾਦੇ ਇੱਕ ਇਸ਼ਾਰੇ ਉੱਤੇ ਕਰੋੜਾਂ ਰੁਪਏ ਉਸਦੇ ਪੈਰਾਂ ਵਿੱਚ ਢੇਰ ਹੀ ਕਰ ਦਿੰਦੇ ਹਨ ਰਾਦੇ ਮਾ ਕਦੇ ਮਿੰਨੀ ਸਕਰਟ ਪਾ ਕੇ ਘੁੰਮਦੀ ਹੈ ਤੇ ਕਦੇ ਨੱਚਦੀ ਨੱਚਦੀ ਆਪਣੇ ਭਗਤਾਂ ਦੀ ਗੋਦੀ ਵਿੱਚ ਜਾ ਕੇ ਬੈਠ ਜਾਂਦੀ ਹੈ ਇਸਦੇ ਭਗਤ ਵੀ ਰਾਦੇ ਮਾ ਨੂੰ ਕੁਛੜ ਚੁੱਕ ਕੇ ਨਤਦੇ ਹਨ ਇਸ ਰਾਧੇ ਮਾ ਦੀ ਮਾਇਆ ਨਗਰੀ ਦੁਨੀਆ ਨੂੰ ਦੇਖ ਕੇ ਵੱਡੇ ਵੱਡੇ ਅਰੇ ਇਸ ਵੀ ਹੈਰਾਨ رہ ਜਾਂਦੇ ਹਨ ਅੱਜ ਦੱਸਦੇ ਹਾਂ ਕਿ ਇਹ ਰਾਧੇ ਮਾ ਬੱਪੂ ਤੋਂ ਰਾਧੇ ਮਾ ਕਿਵੇਂ ਬਣੇ ਤੇ ਕਿਵੇਂ ਇਹਦੇ ਅਮੀਰ ਲੋਕ ਇਸ ਦੇ ਭਗਤ ਬਣੇ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੀ ਇਸ ਬੱਪੂ ਦਾ ਅੱਜ ਸਹਾਰਿਆਰ ਕਰੋੜ ਦਾ ਪੂਰਾ ਸਾਮਰਾਜ ਹੈ ਅੱਜ ਇਹ ਬੱਪੂ ਸੇ ਉਰਫ ਰਾਧੇ ਮਾ ਕਈ ਪੂਰੇ ਦੇ ਪੂਰੇ ਪਿੰਡ ਖਰੀਦਣ ਦੀ ਹیثیت ਰੱਖਦੀ ਹੈ ਕਦੇ ਇਸ ਰਾਦੇ ਮਾ ਉਰਫ ਬੱਬੂ ਉੱਤੇ ਉਹ ਵੇਲਾ ਵੀ ਸੀ ਜਦੋਂ ਇਹ ਲੀੜੇ ਸਿਓ ਕੇ ਗੁਜ਼ਾਰਾ ਕਰਦੀ ਸੀ ਪਰ ਇਸ ਔਰਤ ਨੇ ਕਿੰਧਰ ਲੋਕਾਂ ਨੂੰ ਬੇਪੂਖ ਬਣਾ ਕੇ ਲੁੱਟਿਆ ਭਾਰਤ ਪਾਕਿਸਤਾਨ ਦੇ ਬਾਡਰ ਤੇ ਪੰਜਾਬ ਜ਼ਿਲ੍ਹੇ ਦੇ ਗਰਦਾਸਪੁਰ ਦੇ ਛੋਟੇ ਜਿਹੇ ਪਿੰਡ ਦੋ ਰੰਗਲਾ ਦੀ ਰਹਿਣ ਵਾਲੀ ਇਸ ਰਾਦੇ ਮਾ ਦਾ ਪੱਕਾ ਨਾਮ ਸੁਖਵਿੰਦਰ ਕੌਰ ਹੈ ਅਤੇ ਇਸ ਦਾ ਜਨਮ ਇੱਕ ਬਹੁਤ ਹੀ ਗਰੀਬ ਅਤੇ ਆਮ ਜਿਹੇ ਘਰ ਵਿੱਚ ਹੋਇਆ ਘਰ ਵਾਲਿਆਂ ਨੇ ਹੀ ਰਾਦੇ ਮਾ ਉਰਫ ਸੁਖਵਿੰਦਰ ਕੌਰ ਦਾ ਨਾਮ ਬੱਬੂ ਰੱਖਿਆ ਸੀ ਦੇਦੋ ਰਾਧੇਮਾ ਉਰਫ ਬੱਬੂ ਥੋੜੀ ਜਵਾਨ ਹੋਈ ਹੋਈ ਤਾਂ 18 ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਘਰ ਵਾਲਿਆਂ ਨੇ ਮਕੇਰੀਆ ਦੇ ਰਹਿਣ ਵਾਲੇ ਬਰਬੋਲ ਸਿੰਘ ਨਾਲ ਕਰ ਦਿੱਤਾ ਪਰ ਵਿਆਹ ਤੋਂ ਕੁਝ ਚਿਰ ਬਾਅਦ ਹੀ ਬੱਬੂ ਦੇ ਰਾਧੇਮਾ ਪੱਧ ਦਾ ਸਫ਼ਰ ਸ਼ੁਰੂ ਹੁੰਦਾ ਹੈ ਦੱਸਿਆ ਜਾਂਦਾ ਹੈ ਕਿ ਉਸ ਵਕਤ ਰਾਧੇਮਾ ਕਪੜੇ ਸਿਉ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਸੀ ਤੇ ਇਸੇ ਦੌਰਾਨ ਉਸ ਦੀ ਮੁਲਾਕਾਤ ਇੱਕ ਹੋਰ ਸਾਧੂ ਵੀਰ ਬਦਾਸ ਨਾਲ ਹੁੰਦੀ ਹੈ ਉਸ ਤੋਂ ਬਾਅਦ ਹੀ ਸਿਕੁੰਦਰ ਕੌਰ ਦਾ ਧਿਆਨ ਤਤਰ ਮਤਰ ਤੇ ਜਾਦੂ ਟੂਣਿਆਂ ਵੱਲ ਹੋ ਜਾਂਦਾ ਤੇ ਇਹੀ ਜਾਤੂ ਟੋਲੇ ਕਰਦੀ ਕਰਦੀ ਬੱਬੂ ਹੌਲੀ ਹੌਲੀ ਰਾਧੇ ਮਾ ਬਣ ਗਈ ਰਾਧੇ ਮਾ ਬਣ ਕੇ ਕਰੀਬ 8 ਸਾਲਾਂ ਤੱਕ ਰਾਧੇ ਮਾ ਪੰਜਾਬ ਦੇ ਸ਼ਹਿਰ ਮੁਕੇਰੀਆਂ ਵਿੱਚ ਹੀ ਰਹੀ 2001 ਵਿੱਚ ਅਸ਼ਟ ਪੂਜਾ Hindu ਧਰਮ ਦੀ ਦੇਵੀ ਦੀ ਤਸਵੀਰ ਉੱਤੇ ਆਪਣਾ ਚਿਹਰਾ ਲਗਾ ਕੇ ਖੁਦ ਨੂੰ ਦੇਵੀ ਕਹਿਣਾ ਇਸ ਨੇ ਸ਼ੁਰੂ ਕਰ ਦਿੱਤਾ ਸੀ ਰਾਧੇ ਮਾ ਦੀ ਇਸ ਕਰਤੂਤ ਕਰਕੇ ਉਸ ਵਕਤ ਕੁਝ Hindu ਸੰਗਠਨਾਂ ਨੇ ਰਾਧੇ ਮਾ ਤੇ 259 ਇਹ ਧਾਰਮਿਕਤਾ ਆਖਬਾਰ ਹਰਦੀ ਦਾ ਪਰਚਾ ਵੀ ਦਰਜ ਕਰਵਾਇਆ ਸੀ ਇਸ ਪਾਤੇ ਤੋਂ ਡਰਦੀ ਹੀ ਰਾਦੇਮਾ ਕਿਸੇ ਨਾ ਕਿਸੇ ਤਰੀਕੇ ਵੱਖ-ਵੱਖ ਲੋਕਾਂ ਨੂੰ ਮਿਲਦੀ ਹੋਈ ਮੁੰਬਈ ਪਹੁੰਚ ਜਾਂਦੀ ਹੈ ਮੁੰਬਈ ਪਹੁੰਚ ਕੇ ਤਾਂ ਜਿਵੇਂ ਰਾਦੇਮਾ ਦੀ ਕਿਸਮਤ ਹੀ ਚਮਕ ਉੱਠੀ ਰਾਦੇਮਾ ਦਾ ਮੁੰਬਈ ਵਿੱਚ ਐਸਾ ਜਲਵਾ ਛਾਇਆ ਕਿ ਫਿਰ ਵੀ ਜਗਤ ਤੋਂ ਲੈ ਕੇ ਰਾਜਨੀਤੀ ਦੇ ਵੱਡੇ-ਵੱਡੇ ਸਤਾਰੇ ਰਾਦੇਮਾ ਦੇ ਭਗਤ ਬਣ ਗਏ ਰਾਜਨੀਤੀ ਦੇ ਵਕ ਵਕ ਪਾਰਟੀਆਂ ਦੇ ਵੱਡੇ ਵੱਡੇ ਮੰਤਰੀ ਰਾਦੇ ਮਾ ਦੇ ਦਰਬਾਰ ਵਿੱਚ ਹਾਜ਼ਰੀਆਂ ਭਰਨ ਲੱਗ ਪਏ ਜਿਨ੍ਹਾਂ ਵਿੱਚ ਪੰਜਾਬ ਦਾ ਵੱਡਾ ਲੀਡਰ ਨਵਜੋਤ ਸਿੰਘ ਸਿੱਧੂ ਦਿੱਲੀ ਦਾ ਬੀਜੇਪੀ ਦਾ ਨੇਤਾ ਬਲੋਜ ਤਵਾਰੀ ਕਾਂਗਰਸ ਦੇਤਾ ਸੱਜੇ ਨਿਰੋਪਮ ਫਿਲਮੀ ਐਕਟਰ ਰਵੀ ਕ੍ਰਿਸ਼ਨ ਵਰਗੇ ਵੱਡੇ ਨਾਮ ਸ਼ਾਮਲ ਹਨ ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਵਜੋਤ ਸਿੰਘ ਨੇ ਉਸ ਵਕਤ ਰਾਦੇ ਮਾ ਦੇ ਜਲਸੇ ਵਿੱਚ ਬਦਹੁਸ਼ ਹੋਏ ਨੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਮੈਨੂੰ ਰੱਬ ਹੀ ਰਾਦੇ ਮਾਦੇ ਪੈਰਾਂ ਵਿੱਚ ਬਿਠਾ ਦੇਣਾ ਏ ਇਸ ਬਖੰਡੀ ਰਾਦੇ ਬਾੜੇ ਮबई ਦੇ ਪੋਸ਼ ਇਲਾਕੇ ਵਿੱਚ ਆਪਣੇ ਬੰਗਲੇ ਵਿੱਚ ਇੱਕ ਵੱਡਾ ਹਾਲ ਬਣਾਇਆ ਹੋਇਆ ਹੈ ਜਿਸ ਦਾ ਨਾਮ ਇਸਨੇ ਰੰਗ ਮਹਿਲ ਰੱਖਿਆ ਇਸ ਰੰਗ ਮਹਿਲ ਵਿੱਚ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ ਤੇ ਰਾਦੇ ਮਾ ਇਸ ਰੰਗ ਮਹਿਲ ਵਿੱਚ ਆਪਣਾ ਦਰਬਾਰ ਲਗਾ ਕੇ ਆਪਣੇ ਆਪ ਨੂੰ ਹਿੰਦੂ ਧਰਮ ਦੀ ਜਿੰਦਾ ਦੇਵੀ ਹੋਣ ਦਾ ਦਾਵਾ ਕਰਦੇ ਆਂ ਇਸ ਰੰਗ ਮਹਿਲ ਵਿੱਚ ਰਾਧੇ ਮਾਣੇ ਆਪਣੇ ਬੈਠਣ ਵਾਲੇ ਹੱਥ ਦੇ ਉੱਤੇ ਇਸ ਹਿਸਾਬ ਨਾਲ ਲਾਈਟਾਂ ਲਗਾਈਆਂ ਹੋਈਆਂ ਹਨ ਕਿ ਸਾਹਮਣੇ ਫਰਸ਼ ਤੇ ਬੈਠੇ ਇਸ ਦੇ ਆਧ ਭਗਤਾਂ ਨੂੰ ਇਹ ਤਾਂ ਲੱਗੇ ਕਿ ਜਿਵੇਂ ਰਾਧੇ ਮਾ ਕੋਈ ਰੱਬੀ ਰੂਹ ਹੈ ਕੋਈ ਬੜਾ ਵੱਡਾ ਮਵਤਾਰਪੁਰ ਚ ਹੈ ਕੋਈ ਦੇਵੀ ਪ੍ਰਗਟ ਹੋਈ ਹੈ ਇਸ ਰੰਗ ਮਹਿਲ ਵਿੱਚ ਹੀ ਰਾਧੇ ਮਾ ਕਦੇ ਨੱਚ ਨਹੀਂ ਨੱਚਦੀ ਆਪਣੇ ਭਗਤਾਂ ਦੀ ਗੋਦ ਵਿੱਚ ਬੁਜਾ ਕੇ ਬੈਠ ਜਾਂਦੀ ਤੇ ਕਦੇ ਆਪਣੇ ਮੂੰਹ ਵਿੱਚ ਪਾਣੀ ਭਰ ਕੇ ਆਪ ਦਾ ਝੂਠਾ ਪਾਣੀ ਆਪਦੇ ਭਗਤਾਂ ਦੇ ਮੂੰਹ ਤੇ ਮਾਰਦੀ ਹੈ ਜਦੋਂ ਰਾਧੇ ਮਾਹੇਸ਼ ਰੰਗ ਮਹਿਲ ਤੋਂ ਬਾਹਰ ਨਿਕਲਦੀ ਹੈ ਤਾਂ ਇੱਕ ਹੱਥ ਵਿੱਚ ਇਸ ਦੇ ਤਰਸ਼ੂਲ ਫੜਿਆ ਹੁੰਦਾ ਤੇ ਦੂਜੇ ਹੱਥ ਵਿੱਚ ਗਲਾਬ ਦਾ ਫੁੱਲ ਅਤੇ ਇਸ ਦੇ ਕਮਰੇ ਤੇ ਤੱਕ ਵੀ ਭਗਤ ਇਸ ਨੂੰ ਕੁਛੜ ਚੁੱਕ ਕੇ ਛੱਡ ਕੇ ਆਉਂਦੇ ਇੱਥੇ ਹੀ ਵੱਸਦੇ ਪਿਛਲੇ ਸਮੇਂ ਦੌਰਾਨ ਕੁਝ ਅਮੀਰ ਲੋਕਾਂ ਨੇ ਇਹ ਇਲਜਾਬ ਲਗਾਏ ਸਨ ਕਿ ਰਾਧੇ ਮਾ ਉਹਨਾਂ ਨੂੰ ਅਸ਼ਨੀਲ ਅਸ਼ਨੀਲ WhatsApp ਮੈਸੇਜ ਵੀ ਅਤੇ ਵੀਡੀਓ ਭੇਜਦੀ ਹੈ ਅਤੇ ਆਪਣੇ ਭਗਤ ਪੰਦ ਲਈ ਪਰਮਾਉਦੀ ਹੈ ਪਰ ਜਿਵੇਂ ਜਿਵੇਂ ਹੌਲੀ ਹੌਲੀ ਇਸ ਪਕੜੀ ਦੇ ਪਾਰ ਲੋਕਾਂ ਸਾਹਮਣੇ ਉੱਜਾਕਰ ਹੁੰਦੇ ਗਏ ਤਾਂ ਬਹੁਤ ਸਾਰੇ ਲੋਕਾਂ ਨੇ ਰਾਧੇ ਮਾ ਦੇ ਖਿਲਾਫ 19 ਵਿੱਚ ਸ਼ਿਕਾਇਤਾਂ ਦਿੱਤੀਆਂ ਸਨ ਇਹਨਾਂ ਸ਼ਿਕਾਇਤਾਂ ਵਿੱਚ ਜ਼ਿਆਦਾਤਰ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਸਨ ਸੋ ਦੋਸਤੋ ਰਾਧੇ ਮਾ ਦੀ ਕੁੰਡਲੀ ਫਰੋਲਣ ਤੋਂ ਉਹੀ ਕੁਝ ਨਿਕਲਿਆ ਜੋ ਕੋਈ ਦੂਜੇ ਪਕੜੀ ਸਾਧਾ ਵਾਰੀ ਨਿਕਲਦਾ ਹੈ ਪੈਸਾ ਕਿਵੇਂ ਇਹ ਲੋਕ ਪੈਸੇ ਲਈ ਇਸ ਹੱਦ ਤੱਕ ਗਿਰਦੇ ਹਨ ਕਿ ਲੋਕਾਂ ਨੂੰ ਵਹਿਮ ਭਰਮ ਵਿੱਚ ਪਾਉਂਦੇ ਹਨ ਤੇ ਲੁੱਟਦੇ ਹਨ ਸੋ ਦੋਸਤੋ ਸचेत ਰਹੋ ਇਹੋ ਜੇ ਫਕੜ ਗਿਆ ਤੋਂ ਜੋ ਧਰਮ ਦੇ ਨਾਂ ਤੇ ਠੱਗਦੇ ਹਨ ਤੇ ਧਰਮ ਦਾ ਹੀ ਮਜ਼ਾਕ ਬਣਾਉਂਦੇ ਹਨ ਸੋ ਦੋਸਤੋ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਆਪਣੇ ਵਿਚਾਰ ਰਾਧੇ ਮਾਂ ਸੰਬੰਧੀ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ